ਰੱਖੀ ਅਸੀਂ ਮੱਖਣ ਰਿੜਕਣ ਵਾਸਤੇ, ਮਲਾਈ ਸਾਈਡ ਕਰ ਦੇਣਾ ਚਾਹੀਦਾ। ਬਣ ਰਹੀ ਹੈ ਚਾਹ, ਮਾਲੀ ਦੀ ਚਾਹ ਬਣ ਗਈ ਹੈ। ਚਾਹ ਦਿੰਦੇ ਹਾਂ, ਫਿਰ ਆਪਾਂ ਗੁੰਨਣੇ ਆਟਾ, ਬਣਾਉਂਦੇ ਹਾਂ ਮੂਲੀ ਵਾਲੇ ਪਰੌਂਠੇ। ਅੱਜ ਮੇਰਾ ਬਲੌਗ ਅਜਿਹੀ ਛੋਟਾ ਜਿਹਾ, ਪਲੀਜ਼ ਲਾਈਕ ਕਰਨਾ। ਚੀਕੂ ਅਨੰਤ ਨੂੰ ਕਹਿੰਦਾ ਆ ਆਲੂ ਹੈ, ਮੰਮਾ ਇਹ ਆਲੂ। ਮੈਂ ਕਿਹਾ ਆਲੂ ਨਹੀਂ ਹੈ, ਚੀਕੂ ਨੇ ਫਰੂਟ ਹੈ। ਜਿਹੜੇ ਕਈ ਹਾਰਡ ਹੈ ਆਪੇ ਸੋਫਟ ਹੋ ਜਾਣੇ, ਥੋੜ੍ਹੇ ਦਿਨਾਂ ਤੋਂ ਜਿੱਦਾਂ ਸੋਫਟ ਆ। ਮਿੱਠੂ ਪਲੇ ਕਰਦਾ ਪਿਆ ਰਸੋਈ ਦੇ ਵਿੱਚ ਹੀ ਮੇਰੇ ਨਾਲ, ਅਤੇ ਮੈਂ ਨਾਲ ਨਾਲ ਕੰਮ ਕਰਾਉਣਾ ਤੇਰੇ। ਆ ਜਾ ਆ ਜਾ ਆ ਜਾ। ਹਾਂ ਮੇਰੇ ਮਿੱਠੂ, ਮਿੱਠੂ ਕੀ ਬਹਿ ਜਾ ਬਹਿ ਜਾ। ਗਜਰੇਲਾ, ਗਾਜਰਕਾ ਗਜਰੇਲਾ ਦਿੱਤੀਆਂ ਨੇ ਗਾਜਰਾਂ ਗਜਰੇਲੇ ਲਈ। ਮੈਂ ਤੇ ਮੰਮਾ ਬਣਾਉਂਦੇ ਹਾਂ ਸਵੇਰੇ ਸਵੇਰੇ, ਸੋਈ ਦਾ ਸਾਰਾ ਕੰਮ ਮੈਂ ਤੇ ਮੰਮਾ ਕਰਦੇ। ਗਾਜਰਾਂ ਹਰਮੀਤ ਨੇ ਰਗੜਤੀਆਂ ਸੀ, ਇੱਧਰ ਥੋੜ੍ਹੀਆਂ ਬੋਇਲ ਕਰਨੇ ਰੱਖਦੇ ਬਣਾਉਂਦੇ ਗਜਰੇਲਾ। ਦੁੱਧ ਗਰਮ ਰੱਖਤਾ, ਹੁਣ ਅਸੀਂ ਕੱਢੀਏ ਮੱਖਣ। ਹਰੀਆਂ ਮਿਰਚਾਂ ਪਾ ਦਿੱਤੀਆਂ ਸੁੱਕਣੇ, ਕਿ ਖਰਾਬ ਨਹੀਂ ਹੁੰਦੀਆਂ ਇਹ ਤਾਂ। ਡੰਡੀਆਂ ਲਾ ਕੇ ਫਰਿੱਜ ਰੱਖ ਦਾਂਗੇ, ਸੁੱਕ ਜਾਣਗੀਆਂ। ਅਤੇ ਵਿਸਲਾ ਪਰਾ ਕੇ ਖੁੱਲ੍ਹੇ ਭਾਂਡੇ 'ਚ ਪਾ ਤਾ, ਇਸਨੂੰ ਭੁੱਜਣ ਦੇਵਾਂਗੇ। ਗਾਜਰਾਂ ਨੂੰ ਪਾਣੀ ਸੁੱਕ ਜਾਏਗਾ। ਮੈਂ ਤਾਂ ਮੰਮਾ ਦੋਨੇ ਲੱਗੇ ਹੋਏ ਅੱਜ ਸਵੇਰੇ ਸਵੇਰ, ਕੰਮ ਜ਼ਿਆਦਾ ਹੁੰਦਾ ਕਿਚਨ 'ਚ, ਸਾਰਾ ਕੰਮ ਅਸੀਂ ਕੀਤਾ। ਇਹਨੂੰ ਹੁਣ ਅਸੀਂ ਦਿੰਦੇ ਹਾਂ ਪਾਣੀ ਸੁਕਾਉਣਾ, ਇਹਦਾ ਸਾਰਾ ਭਾਵਨਾ ਤੁਹਾਨੂੰ ਪਾਣੀ ਨਹੀਂ ਦਿਖਦਾ ਹੋਏਗਾ, ਪਾਣੀ ਬਹੁਤ ਜ਼ਿਆਦਾ ਪਾਣੀ ਹੈ ਨਾ, ਪਾਣੀ ਸੁੱਕੇਗਾ ਤਾਂ ਫਿਰ। ਹੁਣ ਆ ਗਏ ਗਜਰੇਲੇ ਵੱਲ, ਅਸੀਂ ਇੱਧਰ ਅਸੀਂ ਦੁੱਧ ਨੂੰ ਕਰ ਰਹੇ ਹਾਂ, ਖੋਇਆ ਬਣਾ ਰਹੇ ਹਾਂ ਘਰੇ, ਪਿਓਰ ਦੁੱਧ ਹੈ ਸਾਡਾ। ਚੁਆਵਾਂ ਲਈਦਾ ਆ ਮੱਝਾਂ ਦਾ, ਇਹਦਾ ਬਣਾ ਰਹੇ ਹਾਂ ਅਸੀਂ ਖੋਇਆ। ਇੱਧਰ ਸਾਡੇ ਗਾਜਰਾਂ ਦਾ ਪਾਣੀ ਸੁੱਕ ਰਿਹਾ ਆ, ਇਹਨੂੰ ਕਰਨੇ ਆਪਾਂ ਹਿਲਾਈ ਜਾਣਾ ਇੱਦਾਂ ਕਿ ਨੀਚੇ ਨਾ ਲੱਗੇ। ਇੰਨਾ ਦੁੱਧ ਸੀ ਇੱਥੋਂ ਤੱਕ, ਕੜ ਕੜ ਕੇ ਦੇਖੋ ਕਿੰਨਾ ਰਹਿ ਗਿਆ। ਈਜ਼ੀ ਤਰੀਕੇ ਨਾਲ ਬਣਾ ਰਹੇ ਹਾਂ ਖੋਇਆ। ਸਰਦੀਆਂ 'ਚ ਤੁਹਾਨੂੰ ਪਤਾ ਕੋਈ ਨਾ ਕੋਈ ਮਿੱਠਾ ਖਾਣ ਜੀ ਕਰਦਾ ਹੈ। ਚਲੋ ਜੀ, ਇਹਨੂੰ ਆਪਾਂ ਖੋਇਆ ਬਣਾ ਲਈਏ। ਉਹਨਾਂ ਟਾਈਮ ਵੀਡੀਓ ਨੂੰ ਕਰਨ ਇੱਥੇ ਬੰਦ, ਨੈਕਸਟ ਕਲਿੱਪ ਹੋਵੇਗੀ ਤੁਹਾਨੂੰ ਇਹਦੀ, ਖੋਇਆ ਜਦੋਂ ਬਣ ਜਾਏਗਾ। ਲਓ ਜੀ ਸਾਡਾ ਗਜਰੇਲਾ ਬਣ ਕੇ ਤਿਆਰ। ਮੈਂ ਵੀਡੀਓ ਨਹੀਂ ਬਣਾ ਪਾਈ ਕਿ ਵਿੱਚ ਕੋਲ ਆ ਗਈ ਸੀ, ਇਸ ਕਰਕੇ 'ਚ ਅਸੀਂ ਪਾਈ ਆ ਨਾ ਸ਼ੱਕਰ ਪਾਈ ਆ ਅਤੇ ਨਾ ਅਸੀਂ ਪਾਈਏ ਚੀਨੀ। ਇਹ 'ਚ ਅਸੀਂ ਪਾਇਆ ਇਹ ਮਿਸ਼ਰੀ ਕੁੱਟ ਕੇ, ਮਿਸ਼ਰੀ ਦਾ ਗਜਰੇਲਾ ਬਣਾਇਆ। ਕਮੈਂਟ ਕਰਕੇ ਦੱਸਿਓ ਤੁਸੀਂ ਕਿਵੇਂ ਲੱਗਾ। ਪਲੀਜ਼ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਲਾਈਕ ਕਰਨਾ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਜੀ ਨੈਕਸਟ ਵਲੌਗ ਵਿੱਚ, ਬਾਏ ਬਾਏ।